हेलो फ्रेंड्स आई एम एग्रीकल्चर फैकल्टी मनीषा आज अपन गल करंगा एग्रीकल्चर नेक्स्ट पार्ट दी बहुत ही बेहतरीन सेशन होने जा रहा है जिसमें 20 और 25 क्वेश्चंस डिजाइन किए थे जो कि ਤੁਹਾਡੇ एग्जाम ਦੇ ਪੁਆਇੰਟ ਆਫ 뷰 ਨਾਲ ਬਹੁਤ ਇੰਪੋਰਟੈਂਟ ਹੋਣਗੇ और तुसी मैक्सिमम मैक्सिमम तु, जो है बेनिफिट ਲੈਣ ਦੀ ਕੋਸ਼ਿਸ਼ ਕਰਨੀ ਹੈ सो बिफोर वी स्टार्ट द सेशन तुसी चैनल नु सब्सक्राइब करना है अपने फ्रेंड्स ना शेयर करना है ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਆਜਾ ਸੈਸ਼ਨ ਕਿਦਾਂ ਲੱਗਿਆ अगर तुम ऑनलाइन स्टडी मटीरियल या मॉक टेस्ट सीरीज चाहते हो तो सभी ऑफिशियल वैबसाइट पर विजिट करो जिसे तुम अनिमिटेड मोकटेस्ट से स्टडी मटीरियल दिता जा रहा है सो मूव टू अवर सैशन गाइज स्टूडेंट्स जिन्होंने लास्ट वाले जो है पहला मेरे सैशनस हो चुके हैं वो नहीं देखे तो प्लीज़ पहला उन्होंने गो थ्रू करो और मैक्सीम जो बेनिफिट अवेल करो सो अवर फर्स्ट क्वेश्चन इज़ वट इज़ द यूनिट ਫॉर ਮੈਜ਼ਰਿੰਗ ਡੈਂਸਿਟੀ ਆਫ ਸੋਇਲ ਦੇਖੋ ਸੋਇਲ ਹੈ ਸੋਇਲ ਦੀ ਡੈਂਸਿਟੀ ਨੂੰ ਮੈਜ਼ਰ ਕਰਦੇ ਹੁੰਦੇ ਆ ਠੀਕ ਹੈ ਸੋ ਡੈਂਸਿਟੀ ਆਫ ਸੋਇਲ ਕੀ ਹੁੰਦਾ ਇਟ ਇਜ਼ ਦ ਰਿਲੇਸ਼ਨ ਰਿਲੇਸ਼ਨ ਬਿਟਵੀਨ weight ਐਂਡ ਵੋਲਿਊਮ ਆਫ ਡਰਾਈ ਸੋਇਲ ਇਹਦੇ ਚੈੱਕ ਕੀਤਾ ਜਾਂਦਾ ਕਿ weight ਕਿੰਨਾ ਹੈ ਡਰਾਈ ਸੋਇਲ ਕਰਕੇ ਓਵਨ ਦੇ ਵਿੱਚ ਰੱਖ ਕੇ ਡਰਾਈ ਕਰ ਲੈਂਦੇ ਬਿਲਕੁਲ ਸੋਇਲ ਨੂੰ ਠੀਕ ਹੈ ਮਿੱਟੀ ਲੈ ਕੇ ਉਹਨੂੰ ਕੀ ਹੁੰਦਾ weight ਕਿੰਨਾ ਹੈ ਉਹਦਾ ਵੋਲਿਊਮ ਕਿੰਨਾ ਉਹਦਾ ਰਿਲੇਸ਼ਨ ਨਿਕਾਲਦੇ ਆ weight ਐਂਡ ਵੋਲਿਊਮ ਦਾ वेट अपॉन वॉल्यूम करके उधर रिलेशन निकाल दे ड्राई सोला वेट वॉल्यूम तक रिलेशन है दैट इज डेंसिटी ठीक है डेंसिटी निकाली जांदी है तो ओदे तो पता लगदा इट टू टाइप्स दी हुंदी है डेंसिटी एक पार्टिकल डेंसिटी हुंदी है एक बल्क डेंसिटी हुंदी है ओके जो पार्टिकल डेंसिटी हुंदी है वो कितनी हुंदी है लाइक दैट इज 2.66 ग्राम सेंटीमीटर क्यूब दिस इज पार्टिकल डेंसिटी एंड बल्क डेंसिटी उदू हाफ होंगी वन पॉइंट थ्री थ्री ग्राम सेंटीमीटर क्यूब दिस इज बल्क डेंसिटी ठीक है पार्टीकल डेंसटी है और यह बल्क डेंसिटी है ये पार्टीकलस होंगे 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 ये बल्क वेटअप वेट ऑफ ड्राई सोयल अपॉन वॉल्यूम ऑफ ड्राई सोयल निकलती है ओके गाइज एंड दिस यूनिट है द ग्राम सेंटीमीटर क्यू यूनिट ग्राम सेंटीमीटर क्यूब इन्हों देखो कोई है ग्राम सेंटीमीटर क्यूब की ऑप्शन थोड़ी गलत है ग्राम सेंटीमीटर क्यूब ओके गाइज ग्राम सेंटीमीटर क्यूब आएगा तो इतना करैक्ट कर लेना ऐनों ओप्शन रोंग दिता है ग्राम सेंटीमीटर क्यूब प्लीज़ नोट इट पार्टिकल डेंसिटी तो बल्क डेंसिटी टू टाइप देंसिटीज होंगे एंड पार्टिकल डेंसिटी तो जोड़ी हैगी बल्क डेंसिटी हाफ होंगी है ओके गाइस ग्राम सेंटीमीटर क्यूबੰ ਦਾ ਯੂਨਿਟ ਹੁੰਦਾ ਨੈਕਸਟ ਵਨ ਪਲੀਜ਼ 왓 ਇਜ਼ ਅ ਪ੍ਰੋਟੀਨ ਕੰਟੈਂਟ ਆਫ ਕਾਊ ਮਿਲਕ ਕਾਊ ਮਿਲਕ ਐਂਡ ਇਸ ਪ੍ਰੋਟੀਨ ਕੰਟੈਂਟ ਕਿੰਨਾ ਹੁੰਦਾ ਦੇਖੋ ਐਸ ਕੰਪੇਅਰ ਟੂ ਬਫਲੋ ਮਿਲਕ ਪ੍ਰੋਟੀਨ ਕੰਟੈਂਟ ਕਾਊ ਦੇ ਮਿਲਕ ਚ ਘੱਟ ਹੁੰਦਾ ਸੋ ਜਿਹੜਾ ਪ੍ਰੋਟੀਨ ਕੰਟੈਂਟ ਹੁੰਦਾ ਬਫਲੋ ਦੇ ਮਿਲਕ ਵਿੱਚ ਜ਼ਿਆਦਾ ਹੁੰਦਾ ਪ੍ਰੋਟੀਨ ਇਸ ਕਰਕੇ ਜਿਹੜਾ ਹੈ ਉਹ ਡਾਈਜੈਸਟ ਹੋਣ ਤੇ ਵੀ ਬਫਲੋ ਮਿਲਕ ਟਾਈਮ ਜ਼ਿਆਦਾ ਲਾਂਦਾ ਠੀਕ ਹੈ ਪ੍ਰੋਟੀਨ ਜ਼ਿਆਦਾ ਹੋਊਗਾ ਹੈਵੀ ਮਿਲਕ ਜ਼ਿਆਦਾ ਹੋਊਗਾ ਤਾਂ ਡਾਈਜੈਸ਼ਨ ਤੇ ਵੀ ਉਹ ਟਾਈਮ ਲਗਾਏਗਾ న్యూਟ੍ਰੀਐਂਟਸ ਜ਼ਿਆਦਾ ਹੋਣਗੇ ਪ੍ਰੋਟੀਨ ਦੀ ਅਮਾਊਂਟ ਬਫਲੋ ਚ ਜ਼ਿਆਦਾ ਹੋਏਗਾ ਸੋ ਆਪਾ ਗੱਲ ਕਰੀਏ ਕਿ ਕਾਊ ਮਿਲਕ ਦੇ ਵਿੱਚ ਕਿੰਨਾ ਹੁੰਦਾ ਕਾਊ ਮਿਲਕ ਚ ਅਪਰੋਕਸੀਮੇਟਲੀ 3.50 ਪਰਸੈਂਟ ਜਿਹੜਾ ਹੁੰਦਾ 3.5% ਆਪਾਂ ਕਹਿ ਸਕਦੇ ਹਾਂ ਕਾਊ ਮਿਲਕ ਚ ਹੁੰਦਾ ਬਫਲੋਜ 4.5 ਦੇ ਨਜ਼ਦੀਕ ਹੁੰਦਾ ਓਕੇ 4.5 ਦੇ ਅਪਰੋਕਸੀਮੇਟ ਇੰਨਾ ਹੁੰਦਾ ਬਫਲੋ ਦੇ ਵਿੱਚ ਪ੍ਰੋਟੀਨਸ ਐਂਡ ਕਾਉ ਹੈਵ 3.5 ਓਕੇ ਨੈਕਸਟ ਵਨ ਪਲੀਜ਼ ਕੰਗਾਵਾਮ ਬਰੀਡ ਇਜ਼ ਕਨਸੀਡਰਡ ਐਜ਼ ਇਨ ਦੇਖੋ ਬਹੁਤ ਸਾਰੀਆਂ ਬਰੀਡਸ ਹੁੰਦੀਆਂ ਕਾਉਜ਼ ਦੀਆਂ ਬਫਲੋਜ਼ ਦੀਆਂ ਅਲੱਗ-ਅਲੱਗ ਠੀਕ ਹੈ ਤਾਂ ਇਹ ਜਿਹੜੀ ਕੰਗਾਵਾਨ ਬਰੀਡ ਹੈ ਇੱਕ ਆਦੀ ਹੈ। ਔਰ ਇਹਨਾਂ ਦੇ ਵਿੱਚ ਕੀ ਹੁੰਦਾ? ਅਲੱਗ-ਅਲੱਗ ਤਰ੍ਹਾਂ ਦੀ ਹੁੰਦੀਆਂ। ਲਾਈਕ ਇੱਕ ਹੁੰਦਾ ਮਿਲਕ ਪਰਪਸ ਵਾਸਤੇ। ਇਹ ਡੇਰੀ ਪਰਪਸ ਵਾਸਤੇ ਕਹਿੰਦਾ ਕਿ ਉਹ ਸਿਰਫ ਆਪਾਂ ਮਿਲਕ ਲੈਣ ਵਾਸਤੇ ਹੀ ਆਪਾਂ ਉਹਨੂੰ ਯੂਜ਼ ਕਰਦੇ ਆ ਉਸ ਬ੍ਰੀਡ ਨੂੰ ਐਂਡ ਲਾਈਕ ਇੱਕ ਹੁੰਦੀ ਆ ਡਰਾਫਟ ਪਰਪਸ ਵਾਸਤੇ। ਡਰਾਫਟ ਦੇ ਵਿੱਚ ਹੁੰਦਾ ਕਿ ਆਪਾਂ ਫੀਲਡ ਆਪਰੇਸ਼ਨਸ ਵਾਸਤੇ ਯੂਜ਼ ਕਰਦੇ ਆ ਕੋਈ ਇਰੀਗੇਸ਼ਨ ਦੇਣੀ ਆ, ਕੋਈ ਟਰਾਂਸਪੋਰਟੇਸ਼ਨ ਦੇਣੀ ਆ, ਕਾਰਟਿੰਗ ਵਾਸਤੇ ਯੂਜ਼ ਕਰਨਾ ਹੈ। ਠੀਕ ਹੈ? ਤਾਂ ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਆ ਫੀਲਡ ਆਪਰੇਸ਼ਨਸ ਵਾਸਤੇ ਜਾਂ ਟਰਾਂਸਪੋਰਟ ਵਾਸਤੇ ਰੋਡ ਟਰਾਂਸਪੋਰਟ ਜਾਂ ਫਿਰ ਕਾਟ ਵਗੈਰਾ ਵਾਸਤੇ ਐਂਡ ਇੱਕ ਹੁੰਦਾ ਡਿਊਲ ਪਰਪਸ ਡਿਊਲ ਪਰਪਸ ਦੇ ਵਿੱਚ ਹੁੰਦਾ ਕਿ ਆਪਾਂ ਬਹੁਤ ਆਪਰੇਸ਼ਨ ਚ ਯੂਜ਼ ਕਰਦੇ ਆ ਥੋੜਾ ਬਹੁਤ ਉਹ ਮਿਲਕ ਵੀ ਦਿੰਦੀਆਂ ਨਾਲ ਉਹ ਬਹੁਤ ਸਟਰੋਂਗ ਹੁੰਦੀਆਂ ਇਸ ਕਰਕੇ ਆਪਾਂ ਫੀਲਡ ਆਪਰੇਸ਼ਨਸ ਦੇ ਵਿੱਚ ਵੀ ਨਾਲ ਦੀ ਹੈਲਪਫੁਲ ਲੈ ਲੈਂਦੇ ਆ ਦੋਵੇਂ ਕੰਮ ਕਰਦੀਆਂ ਡਿਊਲ ਪਰਪਸ ਹੁੰਦੀਆਂ ਠੀਕ ਹੈ ਤਾਂ ਕੰਗਾਵਨ ਬਰੀਡ ਇਹਨਾਂ ਚ ਕਿਹੜੀ ਹੈ ਡਰਾਫਟ ਡੇਰੀ ਡਰਾਫਟ ਪਰਪਸ ਐਂਡ ਡਰਾਫਟ ਪਰਪਸ ਐਂਡ ਡਿਊਲ ਪਰਪਸ ਥੈਟ ਇਜ਼ ਡਰਾਫਟ ਪਰਪਸ ਬੀ ਡਰਾਫਟ ਦਾ ਮਤਲਬ ਮੈਂ ਹੁਣੇ ਦੱਸਿਆ ਕਿ ਆ ਆਪਣੀ ਜਿਹੜਾ ਫੀਲਡ ਆਪਰੇਸ਼ਨਸ ਲਈ ਇਹਨੂੰ ਯੂਜ਼ ਕੀਤਾ ਜਾਂਦਾ ਥੈਟ ਇਜ਼ ਕੰਗਾਵਨ ਬਹੁਤ ਸਟਰੋਂਗ ਹੁੰਦੀਆਂ ਇਹ ਜਿਹੜੀਆਂ ਆਪਾਂ ਡਰਾਫਟ ਪਰਪਸ ਵਾਸਤੇ ਯੂਜ਼ ਕਰਦੇ ਆ ਬਹੁਤ ਮੈਸਿਵ ਹੁੰਦੀਆਂ ਸਟਰੋਂਗ ਹੁੰਦੀਆਂ ਠੀਕ ਹੈ ਇਹਨਾਂ ਦੀ ਕਾਟਿੰਗ ਜਾਂ ਫਿਰ ਉਹਦੀ ਫੀਲਡ ਆਪਰੇਸ਼ਨਸ ਅੱਛੇ ਹੋ ਸਕਦੇ ਆ ਥਰਡ ਆਪਸ਼ਨ ਇਜ਼ ਕਰੈਕਟ ਨੈਕਸਟ ਵਨ which of the following technique are household preservation technique except for to kapaa preserve karde haan bahut sare preservation de tareeke hunde haan like appa salting karde ne ਠੀਕ ਹੈ ਕੋਈ ਖਰਾਬ ਹੋਣ ਤੋਂ ਉਹ ਜਦਾ ਕੋਈ ਚੀਜ਼ ਕਨਸੈਂਟ੍ਰੇਸ਼ਨ ਚ ਪਾ ਦਨੇ ਜਿਵੇਂ ਆਪਾਂ ਮਰੱਬਾ ਬਣਾਨੇ ਆ ਤਮਰੱਬਾ ਦੇ ਵਿੱਚ ਬਹੁਤ ਸਾਰੇ ਅਗਰ ਆਪਾਂ 슈ਗਰ ਦੀ ਬਣਾ ਕੇ ਪਚਾਸ਼ ਨਹੀਂ ਪਾ ਦਿੰਦੇ ਆ ਤਾਂ ਜਿਹੜੀ ਚਾਸ਼ਨੀ ਐਜ਼ ਅ ਪ੍ਰੀਜ਼ਰਵਟਿਵ ਐਕਟ ਕਰਦੀ ਆ ਠੀਕ ਹੈ ਸਭ ਨੂੰ ਪਤਾ ਉਹਦੇ ਨਾਲ ਕੀ ਹੁੰਦੀ ਆਪਣਾ ਮਰੱਬਾ ਖਰਾਬ ਨਹੀਂ ਹੋਏਗਾ ਲਾਈਕ ਆਪਾਂ ਆਚਾਰ ਪਾਇਆ ਪਿਕਲਸ ਆ ਤਾਂ ਉਹਦੇ ਵਿੱਚ ਕੀ ਆਪਾਂ ਸਾਲਟ ਪਾਨੇ ਆ ਸਾਲਟ ਕਿਉਂ ਪਾਨੇ ਆ ਐਜ਼ ਅ ਪ੍ਰੀਜ਼ਰਵਟਿਵ ਐਕਟ ਕਰਦਾ ਸਾਲਟ ਸਾਲਟ ਨਾਲ ਆਪਣਾ ਆਚਾਰ ਖਰਾਬ ਨਹੀਂ ਹੁੰਦਾ ਐਦਾਂ ਕਰਕੇ ਬਹੁਤ ਸਾਰੇ ਆਪਰੇਸ਼ਨਸ ਹੁੰਦੇ ਕਈ ਘਰੇ ਹੋ ਜਾਂਦੇ ਆ ਠੀਕ ਹੈ ਪ੍ਰੀਜ਼ਰਵਟਿਵ ਟੈਕਨਿਕਸ ਕਈ ਆ ਲੈਬੋਰੀਟਰੀਜ਼ ਦੇ ਵਿੱਚ ਲੈਬ ਦੀ ਹੈਲਪ ਨਾਲ ਮਸ਼ੀਨਰੀ ਪ੍ਰੋਪਰ ਨਾਲ ਹੁੰਦੇ ਆ ਸਮੋਕਿੰਗ ਫਰਸਟ ਸਮੋਕਿੰਗ ਵੀ ਅਪਰੋਕਸੀਮੇਟ ਜਿਹੜਾ ਹੈ ਹਾਊਸ ਹੋਲਡ ਪ੍ਰੀਜ਼ਰਵੇਟਿਵ ਟੈਕਨੀਕ ਹੈ ਠੀਕ ਹੈ ਆਪਾਂ ਸਮੋਕ ਕਰਕੇ ਸਮੋਕਿੰਗ ਕਰਕੇ ਆਪਾਂ ਚੀਜ਼ ਨੂੰ ਪ੍ਰੀਜ਼ਰਵ ਕਰ ਸਕਦੇ ਹਾਂ ਡੀਹਾਈਡਰੇਸ਼ਨ ਇਹ ਵੀ ਈਜ਼ੀ ਹੈ ਆਪਾਂ ਡੀਹਾਈਡਰੇਟ ਵਗੈਰਾ ਸੋਲਰ ਰੇਡੀਏਸ਼ਨਸ ਦੇ ਨਾਲ ਠੀਕ ਹੈ ਸਨਲਾਈਟ ਦੇ ਹੈਲਪ ਨਾਲ ਆਪਾਂ ਕੋਈ ਚੀਜ਼ ਨੂੰ ਕਿਸੇ ਚੋਂ ਪਾਣੀ ਕੱਢ ਸਕਦੇ ਹਾਂ ਡੀਹਾਈਡਰੇਟ ਕਰ ਸਕਦੇ ਹਾਂ ਆਪਾਂ ਠੀਕ ਹੈ ਡੀਹਾਈਡਰੇਸ਼ਨ ਇਸ ਮਤਲਬ ਰਿਮੂਵਲ ਆਫ ਵਾਟਰ ਜਿਵੇਂ ਆਪਾਂ ਰੇਸਿੰਸ ਬਣਾਣਿਆ ਠੀਕ ਹੈ ਅੰਗੂਰਾ ਵਗੈਰਾ ਤੋਂ ਜਿਹੜੇ ਹੁੰਦੇ ਚ ਪਾਣੀ ਕੱਢ ਕੇ ਆਪਾਂ ਰੇਸਿੰਸ ਤਿਆਰ ਕਰਦੇ ਹਾਂ ਨੈਕਸਟ ਵਨ ਇਜ਼ ਲਾਇਓਫਿਲਾਈਜ਼ੇਸ਼ਨ ਆਬਵੀਅਸਲੀ ਥਿਸ ਇਜ਼ ਨਾਟ ਹਾਊਸਹੋਲਡ ਇਹ ਹਾਊਸਹੋਲਡ ਨਹੀਂ ਪੋਸੀਬਲ ਨਹੀਂ ਹੈ ਕਿ ਲਾਇਓਫਿਲਾਈਜ਼ੇਸ਼ਨ ਸాల్ਟਿੰਗ ਹੋਇਆ ਕਿ ਆਪਾਂ ਸాల్ਟ ਨਾਲ ਪ੍ਰੀਜ਼ਰਵ ਕੀਤਾ ਲਾਇਓਫਿਲਾਈਜ਼ੇਸ਼ਨ ਦੇ ਵਿੱਚ ਹੁੰਦਾ ਕਿ ਮਸ਼ੀਨਰੀ ਹੁੰਦੀ ਹੈ ਪ੍ਰੋਪਰ ਉਹਦੀ ਹੈਲਪ ਨਾਲ ਪਹਿਲਾਂ ਉਹਨਾਂ ਦੇ ਡੀਪ ਫ੍ਰੀਜ਼ਿੰਗ ਕੀਤੀ ਜਾਂਦੀ ਆ ਫ੍ਰੀਜ਼ਿੰਗ ਕਰਕੇ ਫਿਰ ਆਪਾਂ ਉਹਨੂੰ ਡੀਹਾਈਡਰੇਸ਼ਨ ਕਰਨੇ ਆ ਚ ਪਾਣੀ ਕੱਢਣਾ ਲੋ ਪ੍ਰੈਸ਼ਰ ਦੇ ਨਾਲ ਕਾਫੀ ਕੁਛ ਦਾ ਪ੍ਰੋਸੈਸ ਹੁੰਦਾ ਲਾਇਓਫਿਲਾਈਜੇਸ਼ਨ ਦਾ ਫਿਰ ਇਹ ਚੀਜ਼ ਹੁੰਦੀ ਐਜ਼ ਅ ਪ੍ਰੀਜ਼ਰਵੇਟਿਵ ਟੈਕਨੀਕ ਐਕਟ ਹੁੰਦੀ ਹੈ ਸੋ ਥਰਡ ਆਪਸ਼ਨ ਇਜ਼ ਕਰੈਕਟ ਨੈਕਸਟ ਵਨ ਰੋਟੇਸ਼ਨ ਆਫ ਕ੍ਰੌਪਸ ਅਸੈਂਸ਼ੀਅਲ ਫੋਰ ਜਿਹੜੀ ਆਪਾਂ ਰੋਟੇਸ਼ਨ ਕਰਦੇ ਆ ਕ੍ਰੌਪਸ ਹੀ ਕਿ ਆਪਾਂ ਇੱਕੋ ਕ੍ਰੌਪ ਨਹੀਂ ਲਾਉਂਦੇ ਹਰ ਸੀਜ਼ਨ ਦੇ ਵਿੱਚ ਆਪਾਂ ਕ੍ਰੌਪਸ ਚੇਂਜ ਕਰਦੇ ਆ ਕਈ ਵਾਰੀ ਬਹੁਤ ਜ਼ਿਆਦਾ ਐਗਜ਼ੌਸਟਿਵ ਲਾ ਦਿੰਦੇ ਆ ਕਈ ਲਿਗਿਊਮਸ ਲਾ ਦਿੰਦੇ ਆ ਠੀਕ ਹੈ ਤਾਂ ਕਿ ਜਿਹੜਾ ਨਿਊਟ੍ਰੈਂਟਸ ਬੈਲੈਂਸਡ ਰਹਿਣ ਤਾਂ ਆਪਾਂ ਇਹ ਸਾਰਾ ਕਿਉਂ ਕਰਦੇ ਆ ਇਨਕਰੀਜ਼ਿੰਗ ਫਰਟੀਲਿਟੀ ਆਫ ਸੋਇਲ ਸੋਇਲ ਦੇ ਨਿਊਟ੍ਰੈਂਟਸ ਇਨਕਰੀਸ ਕਰਨ ਵਾਸਤੇ ਫਰਟਾਈਲ ਕਰਨ ਵਾਸਤੇ ਉਹਨੂੰ ਇਨਕਰੀਸਿੰਗ ਕੁਆਲਿਟੀ ਆਫ ਪ੍ਰੋਟੀਨ ਇਨਕਰੀਸਿੰਗ ਕੁਆਲਿਟੀ ਆਫ ਮਿਨਰਲਸ ਐਂਡ ਗੈਟਿੰਗ ਡਿਫਰੈਂਟ ਕਾਈਂਡਸ ਆਫ ਫੂਡ ਕ੍ਰੌਪਸ ਦੇਖੋ ਇਸ ਕਰਕੇ ਨਹੀਂ ਕਰਦੇ ਆਪਾਂ ਕਰਦੇ ਹਾਂ ਤਾਂ ਕਿ ਫਰਟੀਲਿਟੀ ਆਫ ਸੋਇਲ ਆਪਣਾ ਮੇਨ ਏਮ ਇਹ ਹੁੰਦਾ ਕਿ ਸੋਇਲ ਜਿਹੜੀ ਆਪਣੀ ਬੈਟਰ ਕੰਡੀਸ਼ਨਸ ਰਹੇ ਉਹਦੇ ਨਿਊਟ੍ਰੈਂਟਸ ਬੈਲੈਂਸ ਰਹਿਣ ਉਹਦੀ ਫਰਟੀਲਿਟੀ ਜਿਹੜੀ ਹੈ ਬੈਲੈਂਸ ਰਹੇ ਔਰ ਇਨਕਰੀਸ ਹੋਏ ਓਕੇ ਗਾਇਜ਼ ਫਸਟ ਵਨ ਆਪਸ਼ਨ ਇਜ਼ ਕਰੈਕਟ ਨੈਕਸਟ ਵਨ ਅਪਲਾਂਟ ਗ੍ਰੋਥ ਰੈਗੂਲੇਟਰ ਯੂਜ਼ਡ ਟੂ ਇਨਕਰੀਜ਼ ਅ ਫਰੂਟ ਯੀਲਡ ਇਨ ਚਿੱਲੀ ਦੇਖੋ ਜਿਹੜੇ ਪਲਾਂਟ ਗ੍ਰੋਥ ਰੈਗੂਲੇਟਰਸ ਹੁੰਦੇ ਆ ਇਹ ਗ੍ਰੋਥ ਨੂੰ ਰੈਗੂਲੇਟ ਕਰਨ ਵਾਸਤੇ ਹੁੰਦਾ ਕਈਆਂ ਦੇ ਵਿੱਚ ਇਹਨੂੰ ਹੈ ਕਈਆਂ ਦੀ ਸ਼ੂਟ ਦੀ ਗ੍ਰੋਥ ਕਰਨ ਵਾਸਤੇ ਆਪਾਂ ਨੂੰ ਚਾਹੀਦੀ ਹੁੰਦੇ ਕਈ ਫਰੂਟ ਟਰੀਜ਼ ਦੇ ਵਿੱਚ ਔਰ ਕਈਆਂ ਦੇ ਵਿੱਚ ਆਪਾਂ ਨੂੰ ਚਾਹੀਦੀ ਹੁੰਦੀ ਕਿ ਫਰੂਟ ਸੈਟਿੰਗ ਨਹੀਂ ਹੁੰਦੀ ਇਹਦੇ ਬਿਨਾ ਫਰੂਟ ਸੈਟ ਕਰਾਉਣ ਵਾਸਤੇ ਫਰੂਟ ਜਿਹੜਾ ਲੱਗਣ ਵਾਸਤੇ ਆਪਾਂ ਇਹਨਾਂ ਦੀ ਸਪਰੇਅ ਕਰ ਦਿੰਨੇ ਆ ਪਲਾਂਟ ਗ੍ਰੋਥ ਹਾਰਮੋਨਸ ਠੀਕ ਹੈ ਪਲਾਂਟ ਨੂੰ ਹੀ ਬੂਸਟ ਅਪ ਕਰ ਦਿੰਦਿਆ ਗ੍ਰੋਥ ਪ੍ਰੋਮੋਟ ਠੀਕ ਹੈ ਇਹ ਹੁੰਦਾ ਉਹ ਜਿਹੜਾ ਆਪਾਂ ਚਿੱਲੀ ਦੇ ਵਿੱਚ ਕਹਿੰਦੇ ਯੀਲਡ ਨੂੰ ਇਨਕਰੀਜ਼ ਕਰਨ ਵਾਸਤੇ ਆਪਾਂ ਪlant growth regulator ਯੂਜ਼ ਕਰਦੇ ਆ ਕਿਹੜਾ ਯੂਜ਼ ਕਰਦੇ ਆ ਲੈਟਰਿਸ ਟ੍ਰਾਈਕੋਂਟਾਮੋਲ ਠੀਕ ਹੈ ਟ੍ਰਾਈਕੋਂਟਾਮੋਲ ਇਦਾਂ ਦਾ ਜਿਹੜਾ ਪlant growth regulator ਹੈ ਜਿਹੜਾ ਚਿੱਲੀ ਚ ਯੂਜ਼ ਕੀ ਹੁੰਦਾ ਹੈ ਕਿ ਟੂ ਇਨਕਰੀਜ਼ ਇਟਸ ਫਰੂਟ ਯੀਲਡ ਫਰੂਟ ਦੀ ਯੀਲਡ ਇਨਕਰੀਜ਼ ਕਰਨ ਵਾਸਤੇ ਸੋ ਸੈਕਿੰਡ অপਸ਼ਨ ਇਜ਼ ਕਰੈਕਟ ਨੈਕਸਟ ਵਨ which is a tractor driven implement used for shallow tilling ਕਿਲਿੰਗ ਵੀਡਸ ਵੀਡਸ ਆਥੇ ਓਕੇ ਜਿਹੜੇ ਨਦੀਨ ਹੁੰਦੇ ਆ ਕਿਲਿੰਗ ਵੀਡਸ ਕਵਰਿੰਗ ਦਾ ਸੀਡ ਸੀਡ ਕਵਰ ਕਰਨ ਵਾਸਤੇ ਮਤਲਬ ਅਧਿਆ ਇੱਕ ਹੁੰਦੀ ਹੈ ਡੀਪ ਟਿਲਿੰਗ ਠੀਕ ਹੈ ਡੂੰਗੀ ਇੱਕ ਹੁੰਦੀ ਹੈ ਸ਼ੈਲੋ ਤੋਂ ਤੱਕ ਮਾਰਨੀ ਆ ਠੀਕ ਹੈ ਜਦੋਂ ਡੀਪ ਟਿਲਿੰਗ ਤੋਂ ਬਾਅਦ ਆਪਾਂ ਜਿਹੜੀ ਉੱਤੋਂ ਤੋਂ ਸ਼ੈਲੋ ਟਿਲਿੰਗ ਕਰਦੇ ਆ ਉਹਨੂੰ ਲੈਵਲ ਕਰਨ ਵਾਸਤੇ ਔਰ ਥੋੜੇ ਬੋਟ ਜਿਹੜੇ ਵੀਡਸ ਆ ਉਹਨੂੰ ਕਿਲ ਕਰਨਾ ਹੈ ਸੋਇਲ ਸੀਡ ਨੂੰ ਕਵਰ ਕਰਨਾ ਉਹਦੇ ਵਾਸਤੇ ਆਪਾਂ ਕੀ ਯੂਜ਼ ਕਰਦੇ ਆ ਹੈਰੋ ਯੂਜ਼ ਕਰਦੇ ਆ ओके प्लांटर ਐਪ प्लांटਰ ਆਪਾਂ ਯੂਜ਼ ਕਰਾਂਗੇ ਸਿਰਫ ਪਲਾਂਟਿੰਗ ਵਾਸਤੇ ਕਿ ਆਪਾਂ ਪਲਾਂਟਿੰਗ ਕਰਨਾ ਉਹਦੇ ਚ ਸਟਿੱਟਿੰਗ ਵਗੈਰਾ ਕੁਝ ਨਹੀਂ ਆਊਗਾ ਪਲੋ ਐਪ ਪਲੋ ਆਪਾਂ ਯੂਜ਼ ਕਰਦੇ ਆਂ ਪ੍ਰਾਇਮਰੀ ਟਿਲਜ ਦੇ ਵਿੱਚ ਤੋਂ ਬਹੁਤ ਡੁੰਗੀ ਜ਼ਮੀਨ ਨੂੰ ਪਟਣਾ ਜਦੋਂ ਬਹੁਤ ਜ਼ਿਆਦਾ ਹੈ ਪੈਨਸ ਵਗੈਰਾ ਹੈ ਗਿਆ ਉਹਨੂੰ ਵਧੀਆ ਤਰੀਕੇ ਨਾਲ 에ਰੇਸ਼ਨ ਕਰਾਣੀ ਹੈ ਐਂਡ ਹੀ ਬੈਲਰ ਹੁੰਦਾ ਹੀ ਬੈਲਰ ਹੁੰਦਾ ਤੁਸੀਂ ਦੇਖੇ ਹੋਣਗੇ ਸਟਰਾ ਬੈਲਰ ਜਾਂ ਹੀ ਬੈਲਰ ਅ ਗੱਠੇ ਬਣਾ ਦਿੰਦੇ ਆ ਠੀਕ ਹੈ ਬੇਲਸ ਬਣਾ ਦਿੰਦੇ ਆ ਐਵੇਂ ਤੂੜੀ ਇਕੱਠੀ ਕਰ ਕਰਕੇ ਨਾ ਜਿਹੜੇ ਆ ਗੱਠੇ ਬਣਾਏ ਪਏ ਹੁੰਦੇ ਆ ਠੀਕ ਹੈ ਆਪਾਂ ਦੇਖਿਆ ਹੋਣਗੇ ਫੀਲਡ ਦੇ ਵਿੱਚ that is known as hay baler machine ਨੂੰ prepare ਕਰਦੀ ਹੈ ਠੀਕ ਹੈ so our right answer is harrow harrow ਕੀ ਕਰੂਗਾ ਸ਼ੈਲੋ ਟਿਲਿੰਗ ਕਰੂਗਾ ਵੀਡਸ ਕਿਲ ਕਰ ਦੂਗਾ ਔਰ ਸੀ ਨੂੰ ਕਵਰ ਕਰ ਦੇਗਾ थर्ड ऑप्शन इज करेक्ट ਨੈਕਸਟ ਵਨ ਗਾਟ ਇਟ ਗਾਇਜ਼ ਆਈ ਹੋਪਸ ਤੁਹਾਨੂੰ ਬਹੁਤ ਸਮਝ ਆ ਰਿਹਾ ਹੋਏਗਾ ਨੈਕਸਟ ਵਨ is an infection transmitted by dogs ਟੂ ਕੈਟਲ ਕਿਹੜੀ ਇਨਫੈਕਸ਼ਨ ਹੈ ਜਿਹੜੀ ਡੌਗਸ ਤੋਂ ਕੈਟਲ ਦੇ ਵਿੱਚ ਜਾਂਦੀ ਹੈ ਦੈਟ ਇਜ਼ ਰੈਬਿਸ ਠੀਕ ਹੈ ਰੈਬਿਸ ਐਦਾ ਦੀ ਇਨਫੈਕਸ਼ਨਸ ਡਿਸੀਜ਼ ਹੁੰਦੀ ਹੈ ਇਹ ਡੌਗਸ ਤੋਂ ਨਾ ਕੈਟਲ ਦੇ ਵਿੱਚ ਚਲੀ ਜਾਂਦੀ ਹੈ ਦੈਟ ਇਜ਼ ਇੱਕ ਆਦੇ ਕਰਕੇ ਹੁੰਦਾ ਸਲਾਈਵਾ ਕਰਕੇ ਜਾਂਦੀ ਹੈ ਜੋ ਮਾਊਥ ਤੋਂ ਜਿਹੜਾ ਵਾਈਟ ਕਲਰ ਦਾ ਸਲਾਈਵਾ ਹੈ ਉਦੇ ਤੋਂ ਜਿਹੜਾ ਹੈ ਡੌਗਸ ਤੋਂ ਆਪਣੇ ਕੈਟਲਸ ਦੇ ਵਿੱਚ ਟਰਾਂਸਮਿਟ ਹੋ ਜਾਂਦੀ ਹੈ ਡਿਸੀਜ਼ ਟਰਾਂਸਮਿਟਿੰਗ ਹੁੰਦੀ ਆ ਔਰ ਇਹ ਕੀ ਅਫੈਕਟ ਕਰਦੀ ਆ ਕੈਟਲਸ ਦੇ ਵਿੱਚ ਇਹ ਨਰਵਸ ਸਿਸਟਮ ਤੇ ਅਫੈਕਟ ਕਰਦੀ ਆ ਡਾਇਰੈਕਟਲੀ ਕੈਟਲਸ ਤੇ ਉਹਦਾ ਬ੍ਰੇਨ ਡੈਮੇਜ ਕਰ ਦਿੰਦੀ ਆ ਠੀਕ ਹੈ ਕੈਟਲਸ ਦੇ ਬ੍ਰੇਨ ਤੇ ਅਫੈਕਟ ਕਰੂਗਾ ਉਹਦੇ ਨਰਵਸ ਸਿਸਟਮ ਦੇ ਅਫੈਕਟ ਕਰਦੀ ਆ 댓 ਇਜ਼ ਰੈਬੀਜ਼ ਡਿਸੀਜ਼ ਥਰਡ অপਸ਼ਨ ਇਜ਼ ਕਰੈਕਟ ਨੈਕਸਟ ਵਨ ਡੈਸ਼ ਇਸ ਨੋਨ ਐਸ ਕਵੀਨ ਆਫ ਫੌਡਰ ਕ੍ਰੌਪਸ ਫੌਡਰ ਕ੍ਰੌਪਸ ਦੀ ਕਵੀਨ ਨੂੰ ਕਿਹੜੀ ਹੁੰਦੀ ਹੈ ਇੱਕ ਹੁੰਦਾ ਕਿੰਗ ਆਫ ਫੌਡਰ ਕ੍ਰੌਪਸ ਥੈਟ ਇਜ਼ ਬਰਸੀਮ ਐਂਡ ਕੁਇਨ ਆਫ ਫੌਡਰ ਕ੍ਰੌਪਸ ਇਜ਼ ਲੂਸਟ੍ਰਿਨ ਕਿੰਗ ਆਫ ਫੌਡਰ ਕ੍ਰੌਪ ਲੂਸਟ੍ਰਿਨ ਲੂਸਟ੍ਰਿਨ ਐ ਦਦਾਦਾ ਹੁੰਦਾ ਹਨ ਨੂੰ ਅਲਫਲਫਾ ਵੀ ਕਿਹਾ ਜਾਂਦਾ ਥੈਟ ਇਜ਼ ਆਪਣੀ ਲੀਗਿਊਮ ਕ੍ਰੌਪ ਹੈ ਠੀਕ ਹੈ ਗ੍ਰੀਨ ਮਿਨਿਓਰ ਕ੍ਰੌਪ ਵੀ ਹੁੰਦੀ ਹੈ ਇਹਦੇ ਹੀ ਸਾਈਲੇਜ ਵਗੈਰਾ ਪ੍ਰਿਪੇਅਰ ਹੋ ਜਾਂਦੇ ਆ ਜਿਵੇਂ ਆਪਾਂ ਜਿਹੜਾ ਹੈ ਤੂੜੀ ਵਗੈਰਾ ਆਪਾਂ ਪਾਣਿਆ ਉਹਨਾਂ ਨੂੰ ਜਾਨਵਰਾਂ ਨੂੰ ਉਹਦੇ ਵਿੱਚ ਪ੍ਰਿਪੇਅਰ ਹੋ ਜਾਂਦੇ ਆ ਓਕੇ ਲੂਸਟ੍ਰਿਨ ਕੀ ਹੈ ਇੱਕ ਤਰ੍ਹਾਂ ਦਾ ਫੌਡਰਰ ਚਾਰਾ ਹੈ Queen of orders ਕਿ ਆ ਜਾਂਦਾ ਹੈ थर्ड ऑप्शन इज करेक्ट ਨੈਕਸਟ ਵਨ ਗਾਟ ਇਟ ਨਾ गाइस ਤੁਹਾਨੂੰ ਸਮਝ ਆ ਰਿਹਾ ਤੁਸੀਂ ਆਪਣਾ ਡਾਊਟ ਕਮੈਂਟ ਸੈਕਸ਼ਨਸ ਲੈ ਸਕਦੇ ਹੋ ਡੈਸ਼ ਇਸ ਅ ਫਾਰਮ ਆਫ ওভারਹੈਡ ਇਰੀਗੇਸ਼ਨ ওভারਹੈਡ ਇਰੀਗੇਸ਼ਨ ਨੂੰ ਕੀ ਕਿਹਾ ਜਾਂਦਾ ਹੈ ওভারਹੈਡ ਜਿਹੜਾ ਉੱਪਰੋਂ ਇਰੀਗੇਸ਼ਨ ਹੁੰਦੀ ਹੈ ਥੈਟ ਇਸ ਸੈਂਟਰ ਪਾਈਵਟ ਇਰੀਗੇਸ਼ਨ ਸੈਂਟਰ ਪਾਈਵਟ ਇਰੀਗੇਸ਼ਨ ਇਸ ਡੋਨ ਐਸ ওভারਹੈਡ ਇਰੀਗੇਸ਼ਨ ਅਦੇ ਵਿੱਚ ਕੀ ਹੁੰਦਾ ਇਹਨੂੰ ਆਪਾਂ ਸਰਕਲ ਇਰੀਗੇਸ਼ਨ ਵੀ ਕਹਿ ਦਿੰਦੇ ਆ ਵਾਟਰ 휠 ਇਰੀਗੇਸ਼ਨ ਵੀ ਕਹਿ ਦਿੰਦੇ ਆ ਠੀਕ ਹੈ ਔਰ ਇਹਦੇ ਵਿੱਚ ਕੀ ਹੁੰਦਾ ਇੱਕ ਸੈਂਟਰ ਪੁਆਇੰਟ ਲਾ ਲੈਂਦੇ ਆ ਫੀਲਡ ਦੇ ਵਿੱਚ ਉਹਦੇ ਤੋਂ ਜਿਹੜੀ ਹੈ ਸਾਰੇ ਫੀਲਡ ਦੇ ਵਿੱਚ ਗੋਲ ਗੋਲ ਜਿਹੜਾ ਹੈ ਸਪ੍ਰਿੰਕਲ ਦੀ ਫਾਰਮ ਦੇ ਵਿੱਚ ਸਪਰੇਅ ਕਰਦੇ ਰਹਿੰਦੇ ਆ ਠੀਕ ਹੈ ਜਿਹੜਾ ਵਾਟਰ ਹੈ ਲਾਈਕ ਇਹਦੇ ਸਨੋਡ ਹੁੰਦੀ ਹੈ ਸੈਂਟਰ ਤੋਂ ਜਿਹੜਾ ਪੂਰੀ ਫੀਲਡ ਦੇ ਵਿੱਚ ਜਿਹੜਾ ਹੈ ਸਪਰੇਅ ਦੀ ਫਾਰਮ ਦੇ ਵਿੱਚ ਸਪ੍ਰਿੰਕਲਸ ਦੀ ਫਾਰਮ ਦੇ ਵਿੱਚ ਪੂਰੀ ਫੀਲਡ ਚ ਆ ਇਰੀਗੇਸ਼ਨ ਕਰ ਦਿੰਦੇ ਆ ਇਸ ਕਰਕੇ ਨੂੰ ਸੈਂਟਰ ਪਾਈਵ ਇਰੀਗੇਸ਼ਨ ਕਿਹਾ ਜਾਂਦਾ ਹੈ ਠੀਕ ਹੈ ਇੱਕ ਅਦਾ ਦੀ ਮਸ਼ੀਨਰੀ ਹੁੰਦੀ ਹੈ ਸੈਂਟਰ ਦੇ ਵਿੱਚ ਖੜਾ ਕੇ ਪੂਰੇ ਫੀਲਡ ਦੀ ਇਰੀਗੇਸ਼ਨ ਸਪ੍ਰਿੰਕਲਸ ਦੀ ਹੱਲਪ ਨਾਲ ਕਾਫੀ ਲੰਬੀਆਂ ਦੀ ਰੋਡ ਹੁੰਦੀ ਆ ਪੂਰੇ ਫੀਲਡ ਦੇ ਵਿੱਚ ਉਹ ਸਪਰੇ ਸਪ੍ਰਿੰਕਲ ਛੋਟੇ ਛੋਟੀਆਂ ਜਿਹੜੇ ਡ੍ਰੌਪਸ ਦੀ ਫਾਰਮ ਦੇ ਵਿੱਚ ਫੀਲਡ ਚ ਇਰੀਗੇਸ਼ਨ ਹੋ ਜਾਂਦੀ ਆ ਸੋ ਫੋਰਥ অপਸ਼ਨ ਇਜ਼ ਕਰੈਕਟ ਥੈਟ ਇਜ਼ ਓਵਰਹੈਡ ਇਰੀਗੇਸ਼ਨ ਡੈਸ਼ ਇਸ ਨਾਟ ਰਿਲੇਟਡ ਵਿਦ ਡਰਾਈ ਫਾਰਮਿੰਗ ਡਰਾਈ ਫਾਰਮਿੰਗ ਦੇ ਰਿਲੇਸ਼ਨ ਦੇ ਵਿੱਚ ਨਹੀਂ ਹੈਗਾ ਅਫੈਕਟਿਵ ਯੂਜ਼ ਆਫ ਅਵੇਲੇਬਲ ਮੌਇਸਚਰ ਆਪਾਂ ਕਹਿੰਨੇ ਕਿ ਪਾਣੀ ਘੱਟ ਹੈ ਵਧੀਆ ਮੌਇਸਚਰ ਯੂਜ਼ ਕਰੋ ਹਾਈ ਕ੍ਰੌਪ ਯੀਲਡ ਇਹ ਬਿਲਕੁਲ ਨਹੀਂ ਹੋਏਗਾ ਕੈਪਚਰਿੰਗ ਕਨਜ਼ਰਵੇਸ਼ਨ ਆਫ ਮੌਇਸਚਰ ਮੌਇਸਚਰ ਕਨਜ਼ਰਵ ਕਰਨਾ ਤੇ ਲਾਰਜ ਸਾਈਜ਼ ਆਫ ਫੀਲਡ ਅਤੇ ਵੱਡੇ ਵੱਡੇ ਸਾਈਜ਼ ਹੁੰਦੇ ਆ ਫੀਲਡ ਦੇ ਡਰਾਈ ਏਰੀਆਜ਼ ਦੇ ਵਿੱਚ ਠੀਕ ਹੈ ਕਾਫੀ ਵੱਡੀ ਜ਼ਮੀਨ ਦੇ ਉੱਪਰ ਇੱਕ ਕ੍ਰੌਪ ਲੱਗੀ ਹੁੰਦੀ ਹੈ ਤਾਂ ਹਾਈ ਕ੍ਰੌਪ ਯੀਲਡ ਆਬਵੀਅਸਲੀ ਅਨਦੀ ਕ੍ਰੌਪ ਯੀਲਡ ਬਹੁਤ ਘੱਟ ਹੁੰਦੀ ਹੈ ਐਸ ਠੀਕ ਹੈ ਜੇ ਤੇ ਬਹੁਤ ਇਰੀਗੇਸ਼ਨ ਹੋਤੇ ਯੀਲਡ ਜ਼ਿਆਦਾ ਹੋਗੀ ਪਰ ਅਗਰ ਆਪਾਂ ਕਹੀਏ ਕਿ ਡਰਾਈ ਫਾਰਮਿੰਗ ਆਬਵੀਅਸਲੀ ਉੱਥੇ ਡੜਾ ਆਪਣੀ ਹੀਲਡ ਵੀ ਕਟੇਗੀ ਸੋ ਸੈਕਿੰਡ ਆਪਸ਼ਨ ਇਜ਼ ਕਰੈਕਟ ਨੈਕਸਟ ਵਨ ਕਾਮਨਲੀ ਯੂਜ਼ਡ ਰੈਫਰਿਜਰੈਂਟ ਇਜ਼ ਇੱਕ ਕਾਮਨਲੀ ਯੂਜ਼ਡ ਹੁੰਦਾ ਰੈਫਰਿਜਰੈਂਟ ਯੂਜ਼ ਹੁੰਦਾ ਠੀਕ ਹੈ ਇੱਕ ਐਜ਼ ਅ ਰੈਫਰਿਜਰੇਸ਼ਨ ਪਰਪਸ ਤੇ ਪ੍ਰੋਵਾਈਡ ਕੀਤਾ ਜਾਂਦਾ ਕਈ ਵਾਰੀ ਹੁੰਦਾ ਕਿ ਆਪਾਂ ਫ੍ਰਿਜ ਦੇ ਵਿੱਚ ਵੀ ਆਪਾਂ ਕਹਿੰਦੇ ਆ ਕਿ ਗੈਸ ਖਤਮ ਹੋ ਗਈ ਗੈਸ ਉਂਝੜਾ ਪਰਵਾਨੀ ਆ ਏਦਾਂ ਔਰ ਕਈ ਵਾਰ ਏਸੀ ਵਿੱਚ ਦੇ ਵਿੱਚ ਵੀ ਕਈ ਵਾਰ ਗੈਸ ਵਗੈਰਾ ਆਪਾਂ ਡਲਵਾਨਨੇ ਆ 댓 ਇਜ਼ ਫ੍ਰਿਓਨ ਹੁੰਦਾ ਠੀਕ ਹੈ ਇੱਕ ਕਾਮਨ ਯੂਜ਼ ਰੈਫਰਿਜਰੈਂਟ ਹੈ ਏਅਰ ਕੰਡੀਸ਼ਨਰ ਵਾਸਤੇ ਯੂਜ਼ ਹੁੰਦਾ ਹੈ ਇਹ ਇਹ ਏਦਾਂ ਦੀ ਇੱਕ ਸਟੇਬਲ ਜੀ ਨਾਨ ਫਲੇਮੇਬਲ ਆਪਾਂ ਕਹਿ ਸਕਦੇ ਲੋ ਟਾਕਸਿਕ ਗੈਸ ਹੁੰਦੀ ਹੈ ਬਟ ਇੱਧਰ ਚ ਇੱਕ ਆਇਡੈਂਟਿਟੀ ਸੈਡਵਾਂਟੇਜ ਹੁੰਦੀ ਹੈ ਕਿ ਓਜ਼ਨ ਲੇਅਰ ਡਿਪਲੀਟ ਕਰਦੀ ਹੈ ਠੀਕ ਹੈ ਕੁਝ ਕਲੋਰੋਫਲੋਰੋ ਕਾਰਬਨਸ ਵਗੈਰਾ ਦੇ ਸੀਐਫਸੀ ਦੀ ਅਮਾਉਂਟ ਹੁੰਦੀ ਹੈ ਇਸ ਕਰਕੇ ਓਜ਼ਨ ਲੇਅਰ ਨੂੰ ਡਿਪਲੀਟ ਕਰਦੀ ਹੈ ਬਾਕੀ ਬਿਲਕੁਲ ਆਰਡਰਲੈਸ ਕੈਸ ਆਉਦੀ ਕੋਈ ਸਪੈਲ ਵਗੈਰਾ ਨਹੀਂ ਹੁੰਦੀ ਇਸ ਕਰਕੇ ਅੱਜ ਆਪਾਂ ਨੂੰ 에어 ਕੰਡੀਸ਼ਨਰਸ ਵਗੈਰਾ ਦੇ ਵਿੱਚ ਰੈਫਰਿਜਰੈਂਟ ਪਰਪਸ ਵਾਸਤੇ ਨੂੰ ਯੂਜ਼ ਕਰਦੇ ਆ ਸੈਕਿੰਡ ਆਪਸ਼ਨ ਇਜ਼ ਕਰੈਕਟ ਦੈਟ ਇਜ਼ ਫ੍ਰਿਓਨ ਗਾਟ ਇਟ ਅੰਥ੍ਰਿਕਸ ਵੈਕਸੀਨੇਸ਼ਨ ਸਟਾਰਟਸ ਐਟ ਦੇਖੋ ਅੰਥ੍ਰਿਕਸ ਇੱਕ ਬਿਮਾਰੀ ਹੁੰਦੀ ਆ ਠੀਕ ਹੈ ਇਹ ਐਨੀਮਲਸ ਨੂੰ ਹੁੰਦੀ ਆ ਔਰ ਇਹ ਜਿਹੜੀ ਹੁੰਦੀ ਆ ਬਮਾਰੀ ਇਹਦੀ ਵੈਕਸੀਨੇਸ਼ਨ ਲਗਾਏ ਜਾਂਦੇ ਆ ਠੀਕ ਹੈ ਜੜੀਆਂ ਵੈਕਸਨ ਲਾਈ ਜਾਂਦੇ ਆ ਇੰਜੈਕਸ਼ਨਸ ਵਗੈਰਾ ਐਨੀਮਲਸ ਨੂੰ ਪਹਿਲਾਂ ਤੋਂ ਹੀ ਲਗਾਨੇ ਇਹਦੇ ਸਟਾਰਟ ਕਰ ਦਿੰਦੇ ਆ ਤਾਂ ਕਿ ਜਿਹੜਾ ਹੈ ਇਸ ਡਿਸੀਜ਼ ਦਾ ਐਨੀਮਲਸ ਉੱਪਰ ਅਟੈਕ ਨਾ ਹੋਵੇ ਤਾਂ ਉਹਨਾਂ ਦੀ ਵੈਕਸੀਨੇਸ਼ਨ ਜੋ ਹੈ ਪ੍ਰੋਪਰਲੀ ਸਟਾਰਟ ਕੀਤੇ ਜਾਂਦੇ ਆ ਇੰਟਰਵਲ ਆਫ ਟਾਈਮ ਦੇ ਉੱਪਰ ਤੇ ਇਹਦੇ ਜਿਹੜੇ ਵੈਕਸੀਨਸ ਐਕਸਨ ਆ ਉਹ ਸਟਾਰਟ ਕੀਤੇ ਜਾਂਦੇ ਆ 4 ਮੰਥ ਆਫ ਏਜ ਜਦੋਂ ਉਹਦੀ 4 ਮੰਥ ਏਜ ਹੁੰਦੀ ਹੈ ਨਾ ਤਾਂ ਉਦੋਂ ਇਹਨਾਂ ਤੋਂ ਜਿਹੜਾ ਵੈਕਸੀਨ ਜਨਾਂ ਦੇ ਸਟਾਰਟ ਕਰ ਦਿੱਤੇ ਜਾਂਦੇ ਆ ਜਿਹੜੀ ਅੰਥਰਿਕਸ ਹੁੰਦਾ ਕਿੱਦਾਂ ਦੀ ਬਿਮਾਰੀ ਹੁੰਦੀ ਹੈ ਇਹਦੇ ਨਾਲ ਕੀ ਹੁੰਦਾ ਜੋ ਆਪਣੇ ਐਨੀਮਲ ਹੋਗਾ ਉਹਨੂੰ ਕਫ ਦੀ ਪ੍ਰੋਬਲਮ ਵੋਮਿਟਿੰਗ ਹੋ ਜਾਏਗੀ ਫੀਵਰ ਹੋ ਜਾਂਦਾ ਸਟਮਕ ਪੇਨ ਹੋ ਜਾਂਦਾ ਔਰ ਇਹ ਆਪਣੇ ਬਹੁਤ ਹੀ ਕੰਟੈਕਚੁਅਲ ਡਿਸੀਜ਼ ਹੈ ਕਿ ਇੱਕ ਦੇ ਦੂਜੇ ਦੇ ਕੰਟੈਕਟ ਤੋਂ ਹੁੰਦੀ ਹੈ ਇਹ ਬੈਕਟੀਰੀਅਲ ਡਿਸੀਜ਼ ਹੈ ਬੈਕਟੀਰੀਆ ਹੈ ਡਿਸੀਜ਼ ਨੂੰ ਕੌਜ਼ ਕਰਦਾ ਹੈ ਠੀਕ ਹੈ ਸੋ 4 ਮੰਥਸ ਆਫ एज ਤੋਂ ਨਾ ਜਿਹੜਾ ਵੈਕਸੀਨੇਸ਼ਨ ਸਟਾਰਟ ਕਰ ਦਿੱਤੀ ਜਾਂਦੀ ਹੈ ਸੈਕਿੰਡ ਆਪਸ਼ਨ ਇਜ਼ ਕਰੈਕਟ ਨੈਕਸਟ ਵਨ ट्रांसप्लांटिंग इज अ पॉपुलर मेथड ऑफ क्रॉप एस्टैब्लिशमेंट इन ट्रांसप्लांटिंग करदे हैं अपन ठीक है ਅਦੇ ਚੁੰਦੇ ਕਿ ਆਪਾਂ ਪਹਿਲਾ ਸੀਡ ਕਿਸੇ ਅਲੱਗ ਜਗ੍ਹਾ ਤੋਂ ਲਾਤਾ ਨਹੀਂ ਆ ਤੇ ਜਿਹੜੀ ਪਨੀਰੀ ਪੱਟ ਕੇ ਆਪਾਂ ਕਿਹੜੀ ਹੈ ਮੇਨ ਫੀਲਡ ਦੇ ਵਿੱਚ ਲਾਣਾ ਹੈ ਜਿੱਥੇ ਗਰੋ ਕਰਨਾ ਚਾਹੁੰਦੇ ਆਪਾਂ ਕਹਿੰਦੇ ਪਨੀਰੀ ਲਾਂਦੇ ਆ ਰਾਈਸ ਦੀ ਬਹੁਤ ਸੁਣਿਆ ਹੋਏਗਾ ਠੀਕ ਹੈ ਤਾਂ ਆਪਾਂ ਇਹਨੂੰ ਕਹਿ ਦਿੰਦੇ ਆ ਦੈਟ ਇਜ਼ ਨੋਨ ਐਸ ਟ੍ਰਾਂਸਪਲਾਂਟਿੰਗ ਕਿਹੜੀ ਕ੍ਰੌਪ ਦੇ ਵਿੱਚ ਹੁੰਦੀ ਹੈ ਰਾਈਸ ਦੇ ਵਿੱਚ ਓਕੇ ट्रांसप्लांटिंग राइस दैट इज़ राइस फोर्थ ऑप्शन इज करैक्ट नैक्सट वन जी हाई गिल्डिंग वराइटीज़ है वीट दियाँ प्राइमली डिवेल्ड बाय द इंडियन साइंटिस्ट बाय क्रॉसिंग ट्रडिशनल वराइटिज विथ एच वाई भी वराइटीज तैयार की गई हैं ठीक है इंडियन साइंटिस्ट ने अपने ਉਹਨਾਂ ਨੇ ਕ੍ਰੋਸ ਕਰਾਇਆ ਹਾਈ ਯੀਲਡਿੰਗ ਵੈਰਾਈਟੀ ਤੁਨੋ ਜਿਹੜੇ ਟ੍ਰੈਡੀਸ਼ਨਲ ਪਹਿਲਾਂ ਵਾਲੀਆਂ ਵੈਰਾਈਟੀਆਂ ਸੀ ਉਹਨਾਂ ਦਾ ਕਿਹਦੇ ਨਾਲ ਕ੍ਰੋਸ ਕਰਾਇਆ ਮੈਕਸੀਕਨ ਵੈਰਾਈਟੀਆਂ ਦੇ ਨਾਲ ਠੀਕ ਹੈ ਟ੍ਰੈਡੀਸ਼ਨਲ ਵੈਰਾਈਟੀਆਂ ਦਾ ਨ ਮੈਕਸੀਕਨ ਵੈਰਾਈਟੀਆਂ ਨਾਲ ਕ੍ਰੋਸ ਕਰਾ ਕੇ ਕੀ ਤਿਆਰ ਕੀਤੀ ਗਿਆ ਹਾਈ ਯੀਲਡਿੰਗ ਵੈਰਾਈਟੀਆਂ ਤਿਆਰ ਕੀਤੀਆਂ ਗਈਆਂ ਸੋ ਸੈਕਿੰਡ ਆਪਸ਼ਨ ਇਜ਼ ਕਰੈਕਟ ਅ ਕ੍ਰਿਟੀਕਲ ਵਿਟਾਮਿਨ ਫੋਰ ਪੋਲਟਰੀ ਇਜ਼ ਪੋਲਟਰੀ ਵਾਸਤੇ ਕਿਹਦਾ ਦਾ ਵਿਟਾਮਿਨ ਹੁੰਦਾ ਹੈ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦਾ ਠੀਕ ਹੈ ਵਿਟਾਮਿਨ E ਜਿਹੜਾ ਹੁੰਦਾ ਨਾ ਗਾਇਸ ਇਹ ਪੋਲਟਰੀ ਖੁਦ ਹੀ ਪ੍ਰੋਡਿਊਸ ਕਰ ਲੈਂਦੀ ਹੈ ਇਹਨੂੰ ਆਪਾਂ ਐਜ਼ ਅ ਸਪਲੀਮੈਂਟ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਅਗਰ ਗੱਲ ਕਰੀਏ ਵਿਟਾਮਿਨ A ਤਾਂ ਵਿਟਾਮਿਨ A ਬਹੁਤ ਜ਼ਰੂਰੀ ਹੁੰਦਾ ਠੀਕ ਹੈ ਪੋਲਟਰੀ ਵਾਸਤੇ ਇਹੰਦਾ ਜਿਹੜਾ ਆਪਾਂ ਨੂੰ ਸਪਲੀਮੈਂਟ ਦੇਨੇ ਬਹੁਤ ਜ਼ਰੂਰੀ ਹੁੰਦੇ ਪੋਲਟਰੀ ਨੂੰ ਤਾਂ ਕਿ ਉਹਦੀ ਵਧੀਆ ਤਰੀਕੇ ਨਾਲ ਗਰੋਥ ਹੋ ਸਕੇ ਐਂਡ ਵਧੀਆ ਉਹਦੀ ਐਸਟੈਬਲਿਸ਼ਮੈਂਟ ਹੋ ਸਕੇ ਅਗਰ ਵਿਟਾਮਿਨ A ਦੀ ਕਮੀ ਹੋਗੀ ਪੋਲਟਰੀਸ ਤਾਂ ਡਾਈ ਵੀ ਹੋ ਸਕਦੀ ਹੈ ਸੋ ਇਹ ਚੀਜ਼ ਧਿਆਨ ਰੱਖਣਾ ਹੈ ਪੋਲਟਰੀ ਦੇ ਵਿੱਚ ਠੀਕ ਹੈ ਮੁਰਗੀਆਂ ਵਗੈਰਾ ਦੇ ਵਿੱਚ ਜਿਹੜਾ ਹੈ ਵਿਟਾਮਿਨ ਏ ਦੀ ਕਮੀ ਆਮ ਦੇਖਣ ਨੂੰ ਮਿਲਦੀ ਆ ਠੀਕ ਹੈ ਤਾਂ ਇਹਨੂੰ ਕਿਉਰ ਕਰਨਾ ਬਹੁਤ ਜ਼ਰੂਰੀ ਹੈ ਆਦਰਵਾਈਜ਼ ਆ ਉਹਨਾਂ ਦੇ ਟਾਈ ਹੋ ਸਕਦੇ ਆ ਓਕੇ ਵਿਟਾਮਿਨ ਏ ਨੈਕਸਟ ਵਨ yellow ਤੋਂ brown ਕਲਰ ਦਾ ਮਿਲਕ ਆਨ ਲੱਗ ਜਾਂਦਾ ਹੈ ਠੀਕ ਹੈ yellow to brown ਕਲਰ ਦੇ ਮਿਲਕ ਦੀ ਸਿੰਟਮਸ ਅਬਜ਼ਰਵ ਹੁੰਦੇ ਕੈਟਲ ਡਿਸੀਜ਼ਸ ਦੇ ਵਿੱਚ ਇਹ ਕਿਹੜੀ ਡਿਸੀਜ਼ ਕਰਕੇ ਹੁੰਦਾ ਮੈਸਟਾਈਟਸ ਇਹ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਡਿਸੀਜ਼ ਹੁੰਦੀ ਆ ਉਹਨਾਂ ਦੇ ਜਿਹੜੇ ਟੀਟਸ ਹੁੰਦੇ ਆ ਥਨ ਹੁੰਦੇ ਆ ਉਹਨਾਂ ਦੀ ਡਿਸੀਜ਼ ਹੁੰਦੀ ਆ ਮੈਸਟਾਈਟਸ ਉੱਥੇ ਡਿਸੀਜ਼ ਹੁੰਦੀ ਆ ਉਹਦੇ ਵਿੱਚ ਕੀ ਹੋ ਜਾਂਦੇ ਆ ਮਾਈਕਰੋਬੀਅਲ ਡਿਸੀਜ਼ ਆ ਠੀਕ ਹੈ ਮਾਈਕਰੋ অর্গানিਜ਼ਮਸ ਐਕਟ ਕਰਦੇ ਇਨਫੈਕਸ਼ਨ ਕਰਕੇ ਹੁੰਦੀ ਆ ਇਹਦੇ ਵਿੱਚ ਕਿੰਦਾ ਜਿਹੜਾ ਉਹਨਾਂ ਦਾ ਆਰਡਰ ਹੁੰਦਾ ਠੀਕ ਹੈ ਆਰਡਰ ਹੁੰਦਾ ਟੀਟਸ ਦੇ ਉੱਪਰ ਜਿਹੜਾ ਕਾਫੀ ਵੱਡਾ ਆਰਡਰ ਹੁੰਦਾ ਐਨੀਮਲਸ ਦਾ ਆਰਡਰ ਦੇ ਵਿੱਚ ਜਿੱਥੇ ਮਿਲਕ ਸਟੋਰ ਹੁੰਦਾ ਓਕੇ ਉੱਥੇ ਬੋਦੀ ਦਾ ਇਨਫਲੇਮੇਸ਼ਨ ਹੋਣ ਲੱਗ ਜਾਂਦਾ ਉਹਨਾਂ ਦੇ ਅਰਡਰ ਦੇ ਵਿੱਚ ਅਰਡਰ ਸਵੈਲ ਹੋ ਕੇ ਨਾ ਵੱਡਾ ਹੋ ਜਾਂਦਾ ਠੀਕ ਹੈ ਉਹਨਾਂ ਦੀ ਸਵੈਲਿੰਗ ਹੋਣ ਲੱਗ ਜਾਂਦੀ ਹੈ ਅਰਡਰ ਦੇ ਉੱਪਰ ਬਿਲਕੁਲ ਰੈਡਨੈਸ ਆਣ ਲੱਗ ਜਾਂਦੀ ਹੈ ਪੇਨ ਹੋਣੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਐਨੀਮਲਸ ਦੇ ਕੈਟਲਸ ਦੇ ਸੋ ਇਹ ਉਹਨਾਂ ਦਾ ਜਿਹੜਾ ਮਿਲਕ ਹੁੰਦਾ ਉਹਦੇ ਵਿੱਚ ਵੀ ਜਿਹੜੇ ਮਾਈਕਰੋ অর্গানিਜ਼ਮ ਦਾ ਐਕਸ਼ਨ ਹੋਣ ਲੱਗ ਜਾਂਦਾ ਐਂਡ yellow ਤੋਂ brown ਕਲਰ ਦਾ ਮਿਲਕ ਅੱਕਰ ਹੋ ਜਾਂਦਾ ਬਹੁਤ ਜ਼ਿਆਦਾ ਡੇਂਜਰਸ ਵੈਸੇ ਹੀ ਡਿਸੀਜ਼ ਹੁੰਦੀ ਹੈ ਠੀਕ ਹੈ ਦੈਟ ਇਜ਼ ਮਸਟਾਈਟਸ ਫਸਟ ਆਪਸ਼ਨ ਇਜ਼ ਕਰੈਕਟ ਐਨ ਐਂਟੀ ਡਾਰਕਨਿੰਗ ਟ੍ਰੀਟਮੈਂਟ ਯੂਜ਼ਡ ਔਨ ਸਮ ਫਰੂਟਸ ਬਿਫੋਰ ਡਰਾਈਂਗ ਇਜ਼ ਇੱਕ ਐਂਟੀ ਡਾਰਕਨਿੰਗ ਟ੍ਰੀਟਮੈਂਟ ਕੀਤਾ ਜਾਂਦਾ ਡਰਾਈਂਗ ਤੋਂ ਪਹਿਲਾਂ ਫਰੂਟਸ ਆ ਉਹਨਾਂ ਦੀ ਡਰਾਈਂਗ ਤੋਂ ਪਹਿਲਾਂ ਦੈਟ ਇਜ਼ ਬਲੰਚ ਠੀਕ ਹੈ ਇਹ ਬਲੰਚਿੰਗ ਕੀ ਹੁੰਦਾ ਅਲਟਰਨੇਟ ਹੀਟਿੰਗ ਕੂਲਿੰਗ ਟ੍ਰੀਟਮੈਂਟ ਦਿੱਤਾ ਜਾਂਦਾ ਠੀਕ ਹੈ ਇਹਦੇ ਚ ਹੁੰਦਾ ਕਿ ਪਹਿਲਾਂ ਤੁਸੀਂ ਫਰੂਟਸ ਵਗੈਰਾ ਹੈ ਜਾਂ ਵੈਜੀਟੇਬਲਸ ਦੇ ਵੀ ਦਿੱਤਾ ਹੁੰਦਾ ਮੇਲੀ ਕੋਲੀਫਲਾਰ ਤੇ ਵੀ ਤੰਦਜ ਵਿੱਚ ਗੋਭੀ ਵਗੈਰਾ ਹੁੰਦੀ ਆ ਤਾਂ ਉਹਨੂੰ ਕੀ ਕਰਦੇ ਆ ਆਪਾਂ ਪਹਿਲਾਂ ਬਹੁਤ ਜ਼ਿਆਦਾ ਗਰਮ ਪਾਣੀ ਲੈ ਕੇ ਉਹਦੇ ਵਿੱਚ ਆਪਾਂ ਪਾ ਦਿੰਦੇ ਆ ਠੀਕ ਹੈ ਉਹਨੂੰ ਚੰਗੀ ਤਰ੍ਹਾਂ ਗਰਮ ਪਾਣੀ 'ਚ ਧੋ ਦਿੰਦੇ ਆ ਔਰ ਉਸ ਤੋਂ ਬਾਅਦ ਇੱਕੋ ਦਮ ਗਰਮ ਪਾਣੀ 'ਚ ਕੱਢ ਕੇ ਉਹਦੇ ਉੱਪਰ ਠੰਡਾ ਪਾਣੀ ਪਾ ਦਿੰਦੇ ਆ ਠੀਕ ਹੈ ਤਾਂ that is alternate heating and alternate cooling system ਠੀਕ ਹੈ that is done as blanching ਇੱਕ ਆਦੇ ਵਾਸਤੇ ਕਰਦੇ ਆ ਕੋਈ ਵੀ ਉਹਦੇ ਅੰਦਰ ਮਾਈਕਰੋ অর্গানিਜ਼ਮ ਹੈ ਹਾਰਮਫੁਲ অর্গানিਜ਼ਮ ਹੈ ਉਹ ਡਿਸਟਰੋਏ ਕਰਨ ਵਾਸਤੇ ਉਹਨਾਂ ਨੂੰ ਮਾਰਨ ਵਾਸਤੇ ਟ੍ਰੀਟਮੈਂਟ ਦਿੱਤਾ ਜਾਂਦਾ ਬਲੈਂਚਿੰਗ ਟ੍ਰੀਟਮੈਂਟ ਐਂਡ ਇਸ ਆਲਸੋ ਨੋਨ ਐਸ ਐਂਟੀ ਡਾਰਕਨਿੰਗ ਟ੍ਰੀਟਮੈਂਟ ਇਹ ਬਹੁਤ ਸਾਰੇ ਫੂਡਸ वेजिटेबल ਦੇ ਵਿੱਚ ਅਕਰ ਹੁੰਦਾ ਬਿਫੋਰ ਡ్రਾਈਂਗ ਤੇ ਤੋਂ ਬਾਅਦ ਹਨੋ ਡ్రਾਈਂਗ ਕਰ ਦਿੰਦੇ ਆ ਸੋ ਦੈਟ ਇਜ਼ ਓਕੇ ਫਰਸਟ অপਸ਼ਨ ਇਜ਼ ਕਰੈਕਟ ਨੈਕਸਟ ਵਨ ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਗਾਇਸ ਨੈਕਸਟ ਵਨ ਪੋਟਾਸ਼ੀਅਮ ਕਲੋਰਾਇਡ ਕੰਟੇਨਸ ਪੋਟਾਸ਼ੀਅਮ ਪੋਟਾਸ਼ੀਅਮ ਕਲੋਰਾਇਡ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿੱਦਾਂ ਇਹਦੇ ਵਿੱਚ ਪੋਟਾਸ਼ ਹੁੰਦਾ that contains potash 60% 60% potash the amount di amount hundi hai kcl's okay next one in chain survey the area is divided into ik aidan da chain survey method hunda hai ki jada koi land da apna survey karna hai theek hai land nu check karna hai ਤੇ ਕੁਝ ਵੀ ਕਰਨਾ ਤਾਂ ਇਹਦੇ ਵਿੱਚ ਚ ਕੀ ਹੁੰਦਾ ਜਿਹੜੀ ਆਪਾਂ ਮੈਜ਼ਰਮੈਂਟ ਵਗੈਰਾ ਲੈਣੀਆਂ ਲੈਣ ਦੀ ਉਹ ਫੀਲਡ ਚ ਹੁੰਦੀ ਆ ਬਾਕੀ ਜਿਹੜੀ ਪਲੋਟ ਦੀ ਕੈਲਕੂਲੇਸ਼ਨ ਵਗੈਰਾ ਆਫਿਸ ਦੇ ਵਿੱਚ ਆਪਾਂ ਕਰ ਸਕਦੇ ਆ ਤੇ ਇਹਦੇ ਵਿੱਚ ਹੁੰਦਾ ਆਪਾਂ ਟ੍ਰਾਇੰਗਲਸ ਦੇ ਵਿੱਚ ਲੈਂਡ ਨੂੰ ਡਿਵਾਈਡ ਕਰ ਲੈਨੇ ਆ ਠੀਕ ਹੈ ਲਾਈਕ ਆਪਾਂ ਉਹਨੂੰ ਟ੍ਰਾਇੰਗਲਸ ਦੇ ਵਿੱਚ ਲੈਂਡ ਨੂੰ ਡਿਵਾਈਡ ਕਰ ਲੈ ਇੱਕ ਸਰਵੇ ਇੱਥੋਂ ਲੈ ਲੈ ਇੱਕ ਸਰਵੇ ਇੱਥੋਂ ਲੈ ਲੈ ਇੱਕ ਸਰਵੇ ਇੱਥੋਂ ਲੈ ਲੈ ਠੀਕ ਹੈ ਸੋਇਲ ਦਾ ਸੈਂਪਲ ਵਗੈਰਾ ਆਪਾਂ ਲੈ ਲੈਨੇ ਆ ਸੋਇਲ ਦੀ ਟੈਸਟਿੰਗ ਕਰਨ ਵਾਸਤੇ ਜਾਂ ਸਰਵੇ ਕਰਨ ਵਾਸਤੇ ਤਾਂ फॉर्म डिवाइड सेकंड ऑप्शन इज करैक्ट दैट इज ट्रायंगल सो दैट्स इट गाइस आई होप सब नो सेशन बहुत अच्छा लगे होएगा एंड मैक्सिमम टू मैक्सीम बेनिफिट लैन की और अपने फ्रेंड्स न शेयर जरूर करना सो दैट्स इट थैंक यू सो मच